ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਨੂੰ ਬੰਦ ਕਰਨ ਤੇ ਕਾਂਗਰਸ ਨੂੰ ਫੇਲੀਅਰ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਗੁੰਡਾਗਰਦੀ ਕਰ ਟੋਲ ਪਲਾਜ਼ਾ ਨੂੰ ਇੱਕ ਦਿਨ ਲਈ ਬੰਦ ਕਰਵਾਇਆ ਹੈ ਸਿਰਫ ਵੋਟ ਬਟੋਰਨ ਲਈ। ਉਹਨਾਂ ਕਿਹਾ ਕਿ ਲੋਕ ਜਾਣਦੇ ਹਨ ਕਿਸਨੇ ਕੀ ਕੰਮ ਕੀਤਾ ਹੈ। ਟੋਟਲ ਡਰਾਮੇਬਾਜ਼ੀ ਸੀ ਇਹ, ਸਿਰਫ ਤੇ ਸਿਰਫ 2019 ਦੀ MP ਦੀ ਇਲੈਕਸ਼ਨ। ਜੇ ਮੈਂ ਇਹ ਕਹਾਂ ਕਿ ਇੱਕ ਨਲਾਇਕ ਬੱਚਾ ਇਮਤਿਹਾਨ ਦੇ ਦਿਨਾਂ ਦੇ ਵਿੱਚ ਆ ਕੇ ਨਕਲ ਮਾਰਨ ਦਾ ਯਤਨ ਕਰ ਰਿਹਾ, ਇੱਕ ਪਾਸੇ ਕਾਂਗਰਸ ਦੀ ਸਰਕਾਰ ਹੋਵੇ, ਕਾਂਗਰਸ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਕਾਂਗਰਸ ਸਰਕਾਰ ਦੇ ਮੰਤਰੀ MP MLA ਧਰਨਾ ਲਾਉਣ, ਫੇਲੀਅਰ ਆਫ ਗੌਰਮੈਂਟ, ਨੰਬਰ 2 ਸਰਕਾਰ ਮਤਲਬ ਕਿ ਫੇਲ ਹੋ ਗਈ। ਨੋ ਡਾਊਟ NHAI ਕੇਂਦਰ ਦੀ ਏਜੰਸੀ ਹੈਗੀ ਹੈ, ਮੈਂਬਰ ਪਾਰਲੀਮੈਂਟ ਵੀ ਪਾਰਲੀਮੈਂਟ ਦਾ ਮੈਂਬਰ ਹੈਗਾ, ਔਰ ਪੰਜਾਬ ਦੇ ਅੰਦਰ ਹਕੂਮਤ ਕਾਂਗਰਸ ਦੀ ਹੋਵੇ ਅਤੇ ਕਾਂਗਰਸ ਪਾਰਟੀ ਦੇ ਮੰਤਰੀ MP ਅਤੇ MLA ਧਰਨੇ 'ਤੇ ਬੈਠਣ, ਗੌਰਮੈਂਟ ਦਾ ਫੇਲੀਅਰ। ਨੰਬਰ 3 ਗੁੰਡਾਗਰਦੀ ਦਾ ਨੰਗਾ ਨਾਚ, ਪੀਸਫੁੱਲ ਤਰੀਕੇ ਦੇ ਨਾਲ ਪ੍ਰੋਟੈਸਟ ਕਰਨਾ ਹਰ ਭਾਰਤੀ ਨਾਗਰਿਕ ਨੂੰ ਕਾਨੂੰਨ ਅਧਿਕਾਰ ਦਿੰਦਾ, ਪਰ ਉੱਥੇ ਜਾ ਕੇ ਤੁਸੀਂ ਗੁੰਡਾਗਰਦੀ ਕਰੋ, ਪੁਲਿਸ ਤੰਤਰ ਦੀ ਸ਼ਹਿ ਦੇ ਨਾਲ, ਜਿਵੇਂ ਕਹਿ ਦਈਏ ਵੀ ਚੂਹਾ ਖੱਡ ਮੂਹਰੇ ਸ਼ੇਰ ਬਣਿਆ ਹੁੰਦਾ। ਸੋ ਪੁਲਿਸ ਤੰਤਰ ਦੀ ਸ਼ਹਿ ਦੇ ਉੱਤੇ ਗੁੰਡਾਗਰਦੀ ਕਰਨੀ, ਪੀਸਫੁੱਲ ਸਿਟੀ ਦੇ ਲੋਕਾਂ ਦੇ ਮਨ ਅੰਦਰ ਇੱਕ ਟੈਰਰ ਕ੍ਰੀਏਟ ਕੀਤਾ। ਮੈਂ ਫਿਰ ਕਹੂੰਗਾ ਕਿ ਇਹ ਉਹ ਗੱਲ ਹੈਗੀ ਹੈ ਕਿ ਇਹ ਨਲਾਇਕ ਬੱਚਾ ਇਮਤਿਹਾਨ ਦੇ ਦਿਨਾਂ ਦੇ ਵਿੱਚ ਆ ਕੇ ਨਕਲ ਮਾਰਨ ਦਾ ਯਤਨ ਕਰ ਰਿਹਾ, ਪਰ ਲੋਕ ਸਭ ਕੁਝ ਸਮਝਦੇ ਆ। ਕੀ ਆਇਆ ਕਿ ਹੁਣ ਉੱਥੇ ਕੀ ਕਰ ਲਿਆ ਇਹਨਾਂ ਨੇ, ਇੱਕ ਦਿਨ ਟੋਲ ਬੰਦ ਕੀਤਾ ਸੀ, ਇੱਕ ਦਿਨ ਦੇ ਵਿੱਚ ਕਿਹੜੀ ਸਫਲਤਾ ਹਾਸਲ ਕੀਤੀ ਹੈ, ਨਰੋਲ ਝੂਠ ਬੋਲ ਰਹੇ ਆ। ਮੈਂ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਮੈਂ ਅਧੀਨ ਵਿਧਾਨ ਕਮੇਟੀ ਦਾ ਮੈਂਬਰ ਰਿਹਾ, ਜਿਹੜੀ ਗੱਲ ਬਾਰ ਬਾਰ MP ਸਾਹਿਬ ਕਾਗਜ਼ ਦਿਖਾ ਕੇ ਪੜ੍ਹ ਰਹੇ, ਉਹ NHAI ਨੂੰ ਅਧੀਨ ਵਿਧਾਨ ਕਮੇਟੀ ਪੰਜਾਬ ਵਿਧਾਨ ਸਭਾ ਜਿਹਦਾ ਮੈਂ 2018-19 ਦੇ ਵਿੱਚ ਮੈਂਬਰ ਰਿਹਾ ਇੱਕ ਸਾਲ, ਅਤੇ ਹਰ ਵਾਰ NHAI ਸਬਜੈਕਟ 'ਤੇ ਲਿਆਉਣ ਵਾਸਤੇ ਅਤੇ NHAI ਦੇ ਅਤੇ ਸੋਮਾ ਕੰਪਨੀ ਦੀਆਂ ਪਰਤਾਂ ਉਘਾੜਨ ਵਾਸਤੇ ਸੈਕਰੀਫਾਈਸ ਕੀਤਾ, ਇਹ ਕਾਗਜ਼ ਲੈ ਕੇ ਉੱਥੇ ਪਹੁੰਚ ਕੇ। ਟੋਟਲ ਫੇਲੀਅਰ ਹੈਗਾ ਸਰਕਾਰ ਦਾ, ਇਹ ਨਿਰੀ ਡਰਾਮੇਬਾਜ਼ੀ ਹੈ, ਸਿਰਫ ਅਤੇ ਸਿਰਫ ਚੀਚੀ ਨੂੰ ਚੀਰਾ ਦੇ ਕੇ ਸ਼ਹੀਦ ਬਣਨ ਦੇ ਯਤਨਾਂ ਦੇ ਵਿੱਚ ਵੋਟਾਂ ਬਟੋਰਨ ਦਾ ਇਹਨਾਂ ਨੇ ਜ਼ਰੀਆ ਸੀ, ਜਿਹੜਾ ਕਿ ਫਲਾਪ ਹੋ ਗਿਆ। ਇਸ ਦੌਰਾਨ ਵਿਧਾਇਕ ਬੈਂਸ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਅਕਾਲੀ ਦਲ ਨੂੰ ਵੀ ਨਿਸ਼ਾਨੇ ਤੇ ਲਿਆ ਅਤੇ ਕਾਂਗਰਸ ਸਰਕਾਰ ਦੀ ਮਿਲੀ ਭਗਤ ਦੱਸਿਆ। ਬਹੁਤ ਵੱਡੀ ਪੱਧਰ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ, ਨਰਾਦਰ ਕਾਂਡ, ਕੋਟਕਪੂਰਾ, ਬਹਿਬਲ ਕਲਾਂ, ਬਰਗਾੜੀ, ਸੋ ਇਹ ਕਿਤੇ ਭੁੱਲ ਥੋੜੀ ਸਕਦੇ ਆ। ਔਰ ਜਿੱਥੇ ਅਕਾਲੀ ਦਲ ਨੇ ਇਹ ਸਿੱਖਾਂ ਦੇ ਹਿਰਦੇ, ਪੰਜਾਬੀਆਂ ਦੇ ਹਿਰਦੇ ਬਲੂੰਦਰੇ ਗਏ, ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਚੁੱਕੀ ਸੀ ਪੰਜਾਬੀ, ਉਹਨੂੰ ਵੀ ਕਦੇ ਭੁੱਲਣਗੇ ਨਹੀਂ। ਇਹ ਨਹੀਂ ਹੈਗਾ ਵੀ ਅੱਜ ਕੈਪਟਨ ਅਮਰਿੰਦਰ ਸਿੰਘ ਕਹਿ ਦਿਓ ਵੀ ਉਮਰਾਂ ਨੰਗਲ ਫੜ ਲਿਆ, ਸ਼ਰਮਾ ਫੜ ਲਿਆ, DGP ਸੈਣੀ ਬੁਲਾ ਲਿਆ, ਅਸਲ ਦੋਸ਼ੀ ਬਚ ਜਾਣ। ਅਸਲ ਦੋਸ਼ੀ ਉਸ ਵੇਲੇ ਦੀ ਪੰਜਾਬ ਹਕੂਮਤ ਦਾ ਗ੍ਰਹਿ ਮੰਤਰੀ ਕੌਣ ਸੀ, ਹੋਮ ਮਿਨਿਸਟਰ, ਮੁੱਖ ਮੰਤਰੀ ਕੌਣ ਸੀ? ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਦੇ ਹੁਕਮ ਤੋਂ ਬਿਨਾਂ ਪੁਲਿਸ ਅਫਸਰ ਪੱਤਾ ਨਹੀਂ ਹਿਲਾ ਸਕਦੇ। ਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੱਦਣ ਇਹਨਾਂ ਅਸਲ ਦੋਸ਼ੀਆਂ ਦੇ ਗਿਰੇਬਾਨ ਨੂੰ ਹੱਥ ਪਾਉਣਗੇ, ਪੰਜਾਬ ਦੇ ਲੋਕ ਉਦਣ ਭੁੱਲ ਜਾਣਗੇ। ਅਦਰਵਾਈਜ਼ ਇਹ ਇਸ਼ੂ ਪੰਜਾਬ ਦੇ ਵਿੱਚ ਜਿੰਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਵਾਲੇ ਲੋਕਾਂ ਨੂੰ ਕਾਂਗਰਸ ਦੀ ਹਕੂਮਤ ਸਜਾਵਾਂ ਨਹੀਂ ਦਿੰਦੀ ਅਤੇ ਰਲੀ ਮਿਲੀ ਜਿਹੜੀ ਗੇਮ ਹੈਗੀ ਉਹ ਪੰਜਾਬੀ ਸਮਝਦੇ ਆ ਸਰ। ਸੋ ਅੰਡਰਸਟੂਡ ਹੈਗਾ ਅਕਾਲੀ ਅਤੇ ਕਾਂਗਰਸੀ, ਬਾਦਲ ਅਤੇ ਕੈਪਟਨ, ਇਹਦਾ ਕੋਈ ਗੁੱਝੀ ਛਿਪੀ ਗੱਲ ਨਹੀਂ। ਨੱਥਾ ਸਿੰਘ ਐਂਡ ਪ੍ਰੇਮ ਸਿੰਘ, ਵਨ ਐਂਡ ਦਾ ਸੇਮ ਥਿੰਗ, ਤਾਂ ਇੱਕੋ ਹੀ ਗੱਲ ਹੈਗੀ ਆ। ਹੁਣ ਉਹ ਜਿਹੜਾ ਲਿਫਾਫੇ ਦੇ ਵਿੱਚੋਂ ਕੱਢਿਆ ਜਥੇਦਾਰ ਉਹਦੇ ਕੋਲ ਕਹਾ ਲਿਆ, ਕੋਈ ਫਰਕ ਨਹੀਂ। ਲੋਕਾਂ ਨੂੰ ਪਤਾ ਕਾਂਗਰਸ ਅਤੇ ਅਕਾਲੀ, ਕੈਪਟਨ ਅਤੇ ਬਾਦਲ, ਨੱਥਾ ਸਿੰਘ ਅਤੇ ਪ੍ਰੇਮ ਸਿੰਘ ਇੱਕੋ ਸਿੱਕੇ ਦੇ ਦੋ ਪਹਿਲੂ ਹੈ।
ਹੁਣ ਇਹ ਆ ਵੀ ਉਹ ਧਾਰਮਿਕ ਤੌਰ ਤੇ ਲਿਫਾਫੇ ਚੋਂ ਕੱਢੇ ਅਕਾਲ ਤਖ਼ਤ ਦੇ ਜਥੇਦਾਰ ਦੇ ਕੋਲੋਂ ਗੱਲ ਕਹਾ ਕੇ ਆਪਣੇ ਆਪ ਨੂੰ ਪਾਕ ਸਾਫ਼ ਹੋ ਕੇ ਇੱਕ ਸਟੇਜ ਦੇ ਉੱਤੇ ਬਾਛਾਂ ਖੇਡ ਲੈਣੇ, ਬਟ ਇਹ ਸਾਰੀ ਗੱਲ ਜਿਹੜੀ ਰਲੀ ਮਿਲੀ। ਬਿਊਰੋ ਰਿਪੋਰਟ, ਲੁਧਿਆਣਾ ਵਿਊ।